गाइस वेलकम बैक टू अवर YouTube चैनल। सो आज असीं जा रहे हां किथे जा रहे हैं फिर भूल गया वाटर फ्रंट जा रहे हैं, फिर असीं जाना वा डाउनटाउन, फिर बाकी जगह दसांगे थानू डिसाइड करके। तो अज असीं लीती है टिम हॉर्टन दी कॉफी, अज नहीं लीती रोज ही पीने आ, ही एडिक्टेड जे हो गए हां बिकॉज़ फिर असीं लेट हो जन्ने आ घर तों। ਕੀ ਸਾਡੀ ਇੱਕ ਫਰੈਂਡ ਹਮੇਸ਼ਾ ਹੀ ਲੇਟ ਹੁੰਦੀ ਆ, ਸਾਨੂੰ ਅੱਜ ਲੱਗਿਆ ਸੀ ਕਿ ਉਹ ਅੱਜ ਟਾਈਮ 'ਤੇ ਆਊਗੀ ਬਟ ਉਹ ਆਈ ਨਹੀਂ, ਫਿਰ ਸਾਨੂੰ ਟਿਮ ਹੋਟਲ ਤੋਂ ਅੱਜ ਕਾਫੀ ਪੀਣੀ ਪਈ। ਪਲੈਨ ਤਾਂ 9 ਵਜੇ ਦਾ ਸੀ ਬਟ ਮੈਂ ਤਾਂ ਉਹ ਲੇਟ ਹੋ ਗਈ ਹਾਂ, ਬਟ ਮੈਂ ਫਿਰ ਵੀ ਟਾਈਮ 'ਤੇ ਆ ਗਈ, ਉਹ ਹਾਲੇ ਤੱਕ ਨਹੀਂ ਆਈ। ਸਾਨੂੰ ਅਸੀਂ ਉਹ ਮਹਾਨ ਸ਼ਖਸੀਅਤ ਨਾਲ ਜ਼ਰੂਰ ਮਿਲਾਵਾਂਗੇ। ਇਹਦੇ ਲੇਟ ਇਨਸਾਨ ਵੇਖ ਲਓ ਆਰਾਮ ਨਾਲ ਇੱਧਰ ਉੱਧਰ ਮੱਲਾ ਮਾਰਦਾ, ਅਤੇ ਵੇਖ ਲਓ ਇਹਨੇ ਕੋਈ ਹੈਗਾ ਕਿ ਮੈਂ ਲੇਟ ਹਾਂ। हमेशा डेनिम दी जैकेट कोटी तो डेनिम दी जैकेट देख लो स्टाइल दा। ठंड बहुत ज्यादा है तो फिर मैं पाली कोटी ਕੋਟੀ ਪਾ ਲਈ ਆ, ਤੇ ਇਹ ਸਾਰੇ ਲੱਗੇ ਹੋਏ ਨੇ ਬੀਜ਼ੀ। ਨੈਨਮ ਜੀ ਤਾਂ ਬਹੁਤ ਬੀਜ਼ੀ ਨੇ। ਗਾਈਸ ਅਸੀਂ ਵਾਟਰ ਫਰੰਟ ਪਹੁੰਚ ਚੁੱਕੇ ਹਾਂ ਤੇ ਇੱਥੇ ਬਹੁਤ ਜ਼ਿਆਦਾ ਠੰਡ ਆ। ਤੁਹਾਨੂੰ ਪਤਾ ਇੱਥੇ ਗੋਰੇ ਐਵੇਂ ਕੰਪਲੀਮੈਂਟ ਕਰ ਦਿੰਦੇ ਆ, ਆਪਣੇ ਪੰਜਾਬੀ ਹੁੰਦੇ ਤਾਂ ਕਦੇ ਵੀ ਨਾ ਕਰਦੇ। ਅਸੀਂ ਵੀਡੀਓਜ਼ ਬਣਾ ਰਹੇ ਸੀ ਤੇ ਕਹਿੰਦੇ ਹੇ ਯੂ ਆਰ ਬਿਊਟੀਫੁਲ ਲਾਈਕ ਅ ਮਾਡਲ, ਫਿਰ ਮੈਂ ਕਿਹਾ ਥੈਂਕ ਯੂ, ਬਾਅਦ 'ਚ ਕਿਹਾ ਚਲੋ ਚਲੇ ਗਿਆ, ਮੈਨੂੰ ਸਮਝ ਨਾ ਮੈਂ ਬੋਲ ਕੀ ਗਿਆ। हेलीकॉप्टर खड़े ने पर ये नहीं पता ची हुंदा की आ, हुंदा की आ दी नाल के वैसे घूमदे आ सही गल, बट व्यू बहुत सोहना है। कैनेडा प्लेस आ, बहुत ही सोहना व्यू है इतने, बट अज वीडियोज वगैरह शूट नहीं हुई बिकॉज इतनी धुप नहीं है, ठंड बहुत है। इतने गई मैं थक हार के, हम जा रहे हैं वापस, नहीं डाउनटाउन जा रहे हैं तो फिर हूँ तो बस थक गए क्योंकि असं वीडियो शूट की थी इतने भंगड़े की, तो उन्हें 2 घंटे ला दिए। डॉलर की कीमत सही गल, इतने इन्ने ज्यादा ब्रिटिशर्स ने वैंकूवर कि थानू कोई पंजाबी दिखना ही नहीं, मैंने तो देखा ही नहीं, आप ही बस घूमी जाने। नहीं नहीं एक सरदार बंदा नहीं, थोड़े बहुत ही है, इन्ने नहीं है मतलब कि तुसी वेख सकते हो, बट ये लोकेशन बहुत ही ज्यादा प्रिटी है एज कंपेयर टू, नहीं सरी भी वधिया वा क्योंकि असीं उत्थे रहने आ, बट बिकॉज उत्थे पंजाबी ने है ना, उत्थे रौनक बहुत है, इत्थे भी रौनक है बट इत्थे ब्रिटिशर्स ने सारे, बट पंजाबी थानू सरी मिलणगे। फाइनली असीं पहुंच गए गैस टाउन, असीं इन्ना तुरे सिर्फ इनू वेखण लई है ना, ऐनी तरह नहीं वेख लो और गैस टाउन तुसीं वैसे वधिया तो हिस्ट्री होगी वैसे इहदे विच लिखिया होया, हाँ तुसीं पढ़ लिओ बाद च पॉज करके, मैं भी पढ़ लवां। चाह बिकॉज सारे थक गए हे, कोई गल नहीं रोना नहीं काम मिल जूगा आपू। तो फिर आलू दे परौंठे असीं आए हैं, टमैटो आ गया उनके केड़े आ इन्हां नूं पता, टमैटोज आए हैं, टमाटर आ गया टमाटर खान, बट असीं खाधे आलू दे परौंठे ते नाल चाह। चलो गाइस मिलदे हैं बाद च, हाय। साडी बस हो रही बेचारी, वो साडे नालों सैपरेट हो गई हुण, चलो चलिए हुण आपां कित्थे जाणा। वाओ इन्नी खातरदारी, थैंक यू सो मच, अज मैं लेट हो गई सी, फिर ये कहंदी कि तू साडे कोल ही स्टे कर, फिर मैं इत्थे
ਇੱਥੇ ਸਟੇ ਕੀਤੀ ਆ ਹੁਣ ਕਿਉਂਕਿ ਹਨੇਰਾ ਬਹੁਤ ਹੋ ਗਿਆ ਸੀਗਾ ਤੇ ਬਾਰਿਸ਼ ਪੈ ਰਹੀ ਸੀ। ਲਓ ਜੀ ਫਿਰ ਆਪਾਂ ਨੈਕਸਟ ਡੇ ਮਿਲ ਪਏ ਆ ਪਰ ਟਾਈਮ ਹੋ ਗਿਆ 2 ਵਜੇ ਨਹੀਂ 3 ਵਜੇ ਨਾਲ ਤੇ ਅਸੀਂ ਇੰਨੀ ਛੇਤੀ ਆ ਗਏ। ਅੱਜ ਬਣ ਰਹੇ ਨੇ ਆਲੂ ਦੇ ਪਰੌਂਠੇ। ਸੁਣਿਆ ਤਾਂ ਸੀਗਾ ਕਿ ਇਹ ਸ਼ੈਫ ਬਹੁਤ ਘੈਂਟ ਬਣਾਉਂਦਾ ਤੇ ਅੱਜ ਖਾ ਕੇ ਤੁਹਾਨੂੰ ਸਾਰਿਆਂ ਨੂੰ ਦੱਸਾਂਗੇ ਕਿ ਕਿਵੇਂ ਦੇ ਬਣਾਉਂਦੇ ਆ। ਕੁੱਕਰ 'ਚ ਵੱਜ ਰਹੀਆਂ ਨੇ ਸੀਟੀਆਂ ਬਟ ਹਲੇ ਤੱਕ ਇੱਕ ਸੀਟੀ ਨਹੀਂ ਵੱਜੀ। ਤੇ ਵੇਖ ਲਓ ਆਪਾਂ ਕਹਿ ਦਿੰਦੇ ਕੈਨੇਡਾ ਕੇ ਲੋਕ ਚੇਂਜ ਹੋ ਜਾਂਦੇ, ਮੈਨੂੰ ਤਾਂ ਕੁਛ ਲੱਗ ਨਹੀਂ ਰਿਹਾ ਕੋਈ ਚੇਂਜ ਹੈਗਾ ਵਾ, ਕਿਉਂਕਿ ਅਗਰ ਆਪਾਂ ਚੰਗੇ ਹੁੰਦੇ ਤਾਂ ਸਾਰੇ ਚੰਗੇ ਹੁੰਦੇ ਆ, ਹੈ ਨਾ ਖੁਸ਼ੀ? ਹੈ ਨਾ ਹਾਂਜੀ। ਹਰੇ ਖੁਸ਼ੀ ਨੂੰ ਸ਼ਰਮ ਆ ਰਹੀ ਆ ਪੇੜੇ ਕਰਦੀ ਨੂੰ। ਕਿਹੜਾ ਗਾਣਾ ਹੁੰਦਾ ਮੇਰੀ ਕੱਚੀ ਪੱਕੀ ਰੋਟੀਆਂ ਨੂੰ ਮਿੱਠੀ ਏ ਨੀ ਮਾਂ ਮੇਰੀ ਟੋਕਿਆ ਕਰੂਗੀ। ਫਾਈਨਲੀ ਸੀਟੀ ਵੱਜ ਗਈ ਆ। ਕੱਲ ਪਤਾ ਖੁਸ਼ੀ ਕੀ ਹੋਇਆ? ਜਿਹੜੀ ਆਹ ਫੈਨ ਵਗੈਰਾ ਨੇ ਚਲਾਏ ਨੀ ਸੀ ਮਹਾਰਾਣੀ ਨੇ, ਆਹੋ ਪਰਸੋਂ ਚਲਾਏ ਨੀ ਤੇ ਫਾਇਰ ਅਲਾਰਮ ਵੱਜ ਗਿਆ ਤੇ ਬੰਦ ਨਾ ਕਰਨੇ ਹੋਏ, ਆਹੋ ਤੇ ਬੰਦ ਨਾ ਕਰਨੇ ਹੋਏ ਬਾਅਦ ਚ ਨੂੰ ਤੇ ਬੰਦ ਹੀ ਨੀ ਹੋਇਆ। ਸਾਡਾ ਸੈਕਿੰਡ ਪਰੌਂਠਾ ਤੇ ਇੰਨੇ ਟੇਸਟੀ, ਥੈਂਕ ਯੂ ਖੁਸ਼ੀ, ਐਂ ਆ ਗਿਆ ਜਿਵੇਂ ਮੰਮੀ ਗਰਮ ਗਰਮ ਰੋਟੀ ਸਾਨੂੰ ਖਵਾਈ ਹੁੰਦੀ ਆ। ਥੈਂਕ ਯੂ। ਚੱਲ ਸਿਸਟਰਸ ਮਦਰਸ ਵਰਗੀ ਹੁੰਦੀਆਂ ਨੇ ਹੈ ਨਾ, ਬਟ ਮਜ਼ਾ ਹੀ ਆ ਗਿਆ ਅੱਜ ਰੋਟੀ ਖਾ ਕੇ। ਉੱਤੋਂ ਮੌਸਮ ਇੰਨਾ ਵਧੀਆ ਬਾਹਰ, ਉੱਤੋਂ ਪਰੌਂਠੇ ਇੰਨੇ ਸਵਾਦ ਆ, ਇਹਦਾ ਤਾਂ ਕੋਈ ਹਾਲ ਹੀ ਨਹੀਂ, ਛੱਡੋ ਪਰਾਂ। ਵੇਖ ਲਓ ਦਿਮਾਗ ਲੋਕਾਂ ਦੇ, ਮੈਂ ਤੈਨੂੰ ਨੇਲਸ ਉਗਾਉਣ ਲਈ ਨਹੀਂ ਕਿਹਾ, ਮੇਰੀ ਵੇਖ ਲਓ ਆਪਾਂ ਰੀਫਿਲ ਕਰ ਸਕਦੇ ਹਾਂ ਮੈਗਡੀ ਤੋਂ, ਤੇ ਇਹਨਾਂ ਦੇ ਦਿਮਾਗ ਲਾਇਆ ਕਿ ਇੱਕੋ ਹੀ ਕਰਵਾ ਲਿਆ। 1, 2, 3 ਜਾਣੇ ਪੀ ਸਕਦੇ ਆ ਫਿਰ ਅੱਗੇ। ਮੈਂ ਬਈ ਇਹਨਾਂ ਦੇ ਨਾਲ ਲਿਆ। ਹਾਂ ਚੱਲ ਇਹਦੀ ਪਾਈਪ ਕੱਟ, ਚਲੋ ਚਲੋ ਨਹੀਂ ਪਾਈਪ ਨਹੀਂ ਕੱਟਣੀ, ਲਓ ਜੀ ਜੁੱਟੀ ਕਰ ਦੂਗੀ। ਦੇਖ ਲਓ ਬਿਸਕਿਟ ਹੀ ਬਿਸਕਿਟ ਹੋਈ ਪਈ ਆ, ਸਮਝ ਨਹੀਂ ਆ ਰਹੀ ਕਿਹੜੇ ਲਈਏ ਕਿਹੜੇ ਨਾ, ਸਾਰੇ ਇੱਕ ਰੱਖ ਲਓ ਵਰਾਇਟੀ। ਹੁਣ ਅਸੀਂ 4 ਵੀ ਲੈ ਲਿਆ, ਸੋਹਣ ਪਿੱਕਲ 4 ਮਿਕਸ। ਅਸੀਂ ਸਾਰੀਆਂ ਲਾਈਨਾਂ 'ਚ ਘੁੰਮੀ ਜਾਂਦੇ, ਫਿਰ ਹੀ ਯਾਦ ਆਊਗਾ। ਚਲੋ ਹੈ ਦੱਸ, ਵੀ ਨਹੀਂ ਨਿਕਲਦਾ। ਚਲੋ 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 ਆਟਾ, ਹੋਰ ਕੁਛ, ਸੇਵੀਆਂ ਵੀ ਪਈਆਂ ਨੇ, ਪਾਸਤਾ ਵੱਟੇ ਉਵੇਂ ਦਾਣੀਆਂ ਨਾ ਬਣਾਉਣਾ ਆਉਂਦਾ ਤੈਨੂੰ? ਹਾਂ ਵਾਧੂ ਬਣਾਇਆ ਮੈਂ ਇੰਡੀਆ 'ਚ, ਪਰ ਇਹ ਉਵੇਂ ਦਾ ਪਾਸਤਾ ਨਹੀਂ, ਪਤਾ ਨਹੀਂ ਉਵੇਂ ਦੀ। ਲੈ ਲਵਾਂ ਇੱਕ ਵਾਧੂ ਬਣਾ ਕੇ ਵੇਖ ਲਾਂਗੇ। ਕਿੰਨੇ ਦਾ ਪਾਸਤਾ? $3 ਦਾ ਨਾ, $3.99 ਦਾ। ਆਹ ਵੜੀਆਂ ਵੀ ਨੇ, ਵੜੀਆਂ ਜਿਹੜੀ ਸਬਜ਼ੀ ਬੜੀ ਸਵਾਦ ਬਣਦੀ। ਹਾਂ ਤੇ ਸਮਾਨ ਹੀ ਚੱਕੀ ਜਾਂਦਾ, ਉੱਥੋਂ ਹੀ ਲੈ ਲੈਂਦੇ ਹਾਂ ਭਿੰਡੀਆਂ, ਵਧੀਆ ਸਗੋਂ ਆਪ ਕੱਟਾਂਗੇ, ਵਧੀਆ ਨਹੀਂ ਹੁੰਦੀਆਂ ਕੱਟੀਆਂ। ਆਪੇ ਪੜ੍ਹ ਲਓ ਰੇਟ ਕਿੰਨੇ ਦੀਆਂ ਨੇ, 2, 2, 5, 2, 2, 2, 3, $3 ਮਟਰ, ਮਟਰ ਲੱਗਦਾ ਨਹੀਂ, ਟਮਾਟਰ ਨਹੀਂ ਹੈਗੇ, ਟਮਾਟਰ ਹੋਈ ਪਈ ਆ ਇੱਥੇ। ਕਿਉਂ ਨਹੀਂ ਕਹਿੰਦੇ ਵੀਰੇ, ਉਹ ਕਿਵੇਂ ਕਹਿੰਦੇ ਹੁੰਦੇ ਆ, ₹20 ਕਿੱਲੋ, ₹1 ਕਿੱਲੋ, ਨਹੀਂ $1 ਕਿੱਲੋ, ਪਤਾ ਨਹੀਂ ਕੀ ਸਿਸਟਮ ਆ। ਹੈਂ ਤੇ ₹20 ਕਿੱਲੋ ਹੈ ਨਹੀਂ ਨਾ, ਆਹੋ $1 ਕਿੰਨਾ ਬਣਦਾ ਆਪਣੇ? ਸੱਠ ਰੁਪਏ ਦੇ ਆ। ਹਾਏ ਹਾਏ ਰੱਬਾ, ਇਤਨਾ ਮਹਿੰਗਾ। ਅੱਜ ਮੇਰਾ ਫਸਟ ਟਾਈਮ ਕਾਰਡ ਯੂਜ਼ ਹੋਣ ਲੱਗਾ, ਬਿਕਾਜ਼ ਅਗਰ ਅਪੇ ਤੇ ਨਹੀਂ ਕਰਾਂਗੇ ਇੱਕ ਵਾਰ ਟੈਪ, ਫਿਰ ਮੇਰਾ ਚੱਲਣਾ ਹੀ ਨਹੀਂ ਉਹ ਫੋਨ 'ਚ। ਤੇ ਕੋਕ? ਹਾਂ ਮੈਂ ਤਾਂ ਨਹੀਂ ਪੀਣਾ। ਕਿਉਂ? ਮੈਂ ਨਹੀਂ ਪੀਂਦਾ, ਠੰਡ ਜੀ ਲੱਗਦੀ। ਫਿਰ ਹੌਟ ਡਰਿੰਕ ਕਰ ਲਓ ਕੋਈ, ਹੈਨਾ? ਤੈਨੂੰ ਕੋਕ ਪੀਣਾ ਤੂੰ ਦਾ? ਕੋਕ ਸਕਰੀਨ ਨਹੀਂ ਮਾੜੀਆਂ ਇਹਨਾਂ ਦੀਆਂ, ਜ਼ਿਆਦਾ ਆਪਣੇ ਹੱਥ ਖਰੇ ਪਏ ਆ। ਦੇਖਿਆ
ਸਕਰੀਨ ਮਾੜੀ ਆ ਜਿਹੜੀ ਚਲਾ ਨਹੀਂ ਸਕਰੀਨ ਮਾੜੀ ਆ ਕੋਕ ਪੀਣਾ ਤੂੰ ਹਾਂ ਜਿਹੜਾ ਮਰਜ਼ੀ ਕਰ ਦੋ ਭਾਵੇਂ ਸਮਾਲ ਕਿਉਂਕਿ ਆਪਾਂ ਰੀਫਿਲ ਤਾਂ ਕਰ ਹੀ ਲੈਣਾ ਵਾ ਚਾਈਲਡ ਚਾਈਲਡ ਐਡ ਟੂ ਯੋਰ ਆਰਡਰ ਵਾਓ ਕਿੰਨੀ ਗੁੱਡ ਫੀਲਿੰਗ ਆ ਰਹੀ ਹੈ ਨਾ ਮੈਂ ਪਹਿਲੀ ਵਾਰ ਕੀਤਾ ਹਾਂ ਇਸ ਵਾਈ ਵੀ ਮਾਰਦਾ ਤੈਨੂੰ ਖਰਚੇ ਮੇਰਾ ਕਾਰਡ ਹੀ ਖਰਾਬ ਆ ਨਹੀਂ ਤਾਂ ਨਹੀਂ ਤੇਰਾ ਨਹੀਂ ਲੱਗਦਾ ਕਿੰਨੀ ਵੀ ਸਵਾਈ ਦੀ ਰਹੀ ਹੈ ਓਕੇ ਸੋ ਅਸੀਂ ਆਰਡਰ ਕੀਤੇ ਦੋ ਬਰਗਰ ਦੋ ਫਰੈਂਚ ਫਰਾਈਜ਼ ਤੇ ਇੱਕ ਇਹਨਾਂ ਨੇ ਕੁਛ ਪੀਣਾ ਨਹੀਂ ਬਿਕਾਜ਼ ਅਸੀਂ ਪਹਿਲਾਂ ਵੀ ਟਿਮ ਤੋਂ ਪੀ ਚੁੱਕੇ ਹਾਂ ਅਤੇ ਬਾਕੀ ਅੱਜ ਮੇਰਾ ਹੈਗਾ ਸੀ ਜੋਬ ਦਾ ਇੰਟਰਵਿਊ ਤਾਂ ਵਧੀਆ ਸੀ ਐਕਸਪੀਰੀਅੰਸ ਅੱਜ ਇੰਟਰਵਿਊ ਵੀ ਸੀ ਮੇਰੀ ਤਾਂ ਅਸੀਂ ਇੱਥੇ ਆਏ ਅਤੇ ਫਿਰ ਅਸੀਂ ਪਹਿਲਾਂ ਟਿਮ 'ਤੇ ਗਏ ਫਿਰ ਮੈਂਗਲੀ 'ਤੇ ਆਏ ਹਾਂ ਹੁਣ ਅਸੀਂ ਜਾਵਾਂਗੇ ਨਹੀਂ ਪੈਸੇ ਡਿਪੋਜ਼ਿਟ ਕਰਾਉਣ ਜਾਣਾ ਵਾ ਫਿਰ ਅਸੀਂ ਘਰ ਜਾਵਾਂਗੇ ਬਸ ਮੂਵੀ ਦੇਖਣੀ ਮੂਵੀ ਵੀਰਾ ਪਲਾਨ ਬਣਾ ਰਿਹਾ ਮੂਵੀ ਵੇਖਣ ਦਾ ਕਿਹੜੀ ਹੋਰਰ ਮੂਵੀ ਦਾ ਪਲਾਨ ਮੈਂ ਬਣਾ ਰਹੀ ਹਾਂ ਇਹ ਕਹਿੰਦੇ ਕਿ ਨਹੀਂ ਕੋਈ ਹਾਲੀਵੁੱਡ ਵੇਖ ਕੇ ਆਉਣੀ ਆ ਅੱਜ ਹੋਰਰ ਮੂਵੀ ਵੇਖ ਕੇ ਆਉਣੀ ਹੈ ਨਾ ਅੱਜ ਤਾਂ ਠੰਡ ਇੰਨੀ ਜ਼ਿਆਦਾ ਹੈ ਨਾ ਬਾਹਰ ਇੰਨੀ ਜ਼ਿਆਦਾ ਠੰਡ ਅਤੇ ਮੀਂਹ ਬਹੁਤ ਪੈ ਰਿਹਾ ਫਿਰ ਅਸੀਂ ਅੱਜ ਡੋਲਰਾਮਾ ਆਏ ਹਾਂ ਕੁਛ ਵੇਖਣ ਲਈ ਜੇ ਪਸੰਦ ਆ ਗਿਆ ਤਾਂ ਲੈ ਲਵਾਂਗੇ ਤਾਂ ਤੁਹਾਨੂੰ ਵੀ ਵਿਖਾਉਂਦੇ ਹਾਂ ਠੰਡ ਚੱਕੀ ਆਹ ਅਤੇ ਵਿੱਚ ਰੱਖਣ ਨਾ ਕੁ ਨਹੀਂ ਇੱਕ ਸਿਰਫ ਬੋਟਲ ਲਿੱਤੀ ਆ ਹਾਲੇ ਤੱਕ ਉਈ ਉਈ ਸਿਰਫ ਅਸੀਂ ਹੈਂਗਰ ਲਿੱਤੇ ਆ ਅਤੇ ਉਹ ਲਗੇਜ ਨਹੀਂ ਵੈਸੇ ਜਿਵੇਂ ਕੱਪੜੇ ਕੁੱਪੜੇ ਪਾਉਣ ਵਾਸਤੇ ਉਹ ਬੈਗ ਲਿੱਤਾ ਮੈਂ ਘਰੇ ਜਾ ਕੇ ਤੁਹਾਨੂੰ ਵਿਖਾਉਂਗੀ ਹੋਰ ਲੱਭੀ ਜਾਂਦੇ ਹਾਂ ਬਸ ਕੁਛ ਨਾ ਕੁਛ ਤਾਂ ਲੱਭੂਗਾ ਚਲੋ ਹੈਂਗਰ ਲਿੱਤੇ ਨੇ ਐਂਡ ਬੋਟਲ ਲਿੱਤੀ ਆ ਬਸ ਇਹੀ ਚੀਜ਼ਾਂ ਲਿੱਤੀਆਂ ਨੇ ਬਾਕੀ ਬੈਗ ਘਰ ਜਾ ਕੇ ਵਿਖਾਉਂਦੇ ਹਾਂ ਕੀ ਆਏ ਇੱਥੇ ਕੈਨੇਡੀਅਨ ਟਾਇਰ ਮੈਂ ਕਿੱਥੋਂ ਲਿੱਤੀ ਅੰਬਰੇਲਾ ਛਤਰੀ ਅਤੇ ਹੁਣ ਅਸੀਂ ਪਤਾ ਨਹੀਂ ਕੀ ਲੱਭ ਰਹੇ ਮੇਰਾ ਫੋਨ ਜਸਟ 1% ਆ ਕਦੇ ਬੰਦ ਹੋ ਸਕਦਾ ਬਟ ਘਰ ਜਾ ਕੇ ਮੈਂ ਤੁਹਾਨੂੰ ਸਾਰੀ ਮੈਂ ਸਾਰਾ ਕੁਛ ਦੱਸ ਦੂੰਗੀ ਕਿ ਮੈਂ ਕੀ ਪਰਚੇਸ ਕੀਤਾ ਐਂਡ ਕਿੰਨੇ ਡੋਲਰ ਦਾ ਅੰਬਰੇਲਾ ਕਿੰਨੇ ਡੋਲਰ ਦੀ ਆ 29 ਦੀ ਆ ਸ਼ਾਇਦ ਹਾਂ 29 ਡੋਲਰ ਦੀ ਆ ਅਤੇ ਹੁਣ ਅਸੀਂ ਲੈ ਰਹੇ ਹਾਂ ਟਿਫਨ ਇੱਕ ਮੈਂ ਲਿੱਤਾ ਇਹ ਟਿਫਨ ਇਹ ਕਿੰਨੇ ਡੋਲਰ ਦਾ ਸੀ 5-6 ਡੋਲਰ ਦਾ ਸੀ ਅਤੇ ਆਹ ਤਾਂ ਮਹਿੰਗਾ ਸੀ ਬਿਕੋਜ਼ ਇਹਦੇ ਅੰਦਰ ਵੀ ਮਤਲਬ ਕਿ ਹੀਟ ਵਾਲਾ ਇਹ ਬੈਗ ਆ ਟਿਫਨ ਇਹਦੇ 'ਚ ਰੋਟੀ ਠੰਡੀ ਨਹੀਂ ਹੁੰਦੀ ਅੰਦਰ ਇੱਦਾਂ ਲੱਗਿਆ ਹੋਇਆ ਬਹੁਤ ਵਧੀਆ ਬੈਗ ਆ ਇਹ ਫਿਰ ਪਹਿਲਾਂ ਤਾਂ ਮੈਨੂੰ ਸਮਝ ਹੀ ਨਾ ਆਵੇ ਮੈਂ ਕਲਰ ਕਿਹੜਾ ਲਵਾਂ ਫਿਰ ਮੈਂ ਇਹ ਲਿੱਤਾ ਇਹ 25 or 29 ਡੋਲਰ ਦਾ ਮੈਂ ਇੱਥੇ ਰੇਟ ਹੈ ਨਹੀਂ ਕਿਤੇ ਲਿਖਿਆ ਬਸ ਇੰਨੇ ਕੁ ਦਾ ਸੀ ਇਹ ਬੈਗ ਅਤੇ ਉਹ ਦੂਜਾ ਟਿਫਨ ਇਹ ਵਾਲਾ ਲਿੱਤਾ ਇਹ ਵੀ ਇਹ ਵਾਲਾ ਟਿਫਨ ਇਹਦਾ ਰੇਟ ਲਿਖਿਆ ਹੋਊਗਾ ਨਹੀਂ ਇਹਦਾ ਵੀ ਨਹੀਂ ਲਿਖਿਆ ਉੱਤੇ ਹੀ ਲਿਖੇ ਹੋਏ ਸੀਗੇ ਇਹ ਵੀ ਐਕਸਪੈਂਸਿਵ ਇੰਨਾ ਨਹੀਂ ਸੀ ਬਟ ਮਤਲਬ ਕਿ ਕੈਨੇਡਾ ਦੇ ਰੇਟ ਦੇ ਅਕੋਰਡਿੰਗ ਬਟ ਇਹ ਟਿਫਨ ਵਧੀਆ ਅਤੇ ਇੱਕ ਵਾਟਰ ਬੋਟਲ ਲਿੱਤੀ ਆ ਇੱਕ ਵਾਟਰ ਬੋਟਲ ਅਤੇ ਇਹ ਇੱਕ ਬੋਟਲ ਇਹਦੇ 'ਚ ਕਿੰਨੇ ਘੰਟੇ ਰਹਿੰਦਾ ਇਹਦੇ 'ਚ ਜਿਵੇਂ ਕਿ 18 ਆਰਸ ਕੋਲਡ ਰਹਿੰਦਾ ਅਤੇ 8 ਆਰਸ ਲਈ ਮਤਲਬ ਕਿ ਹੌਟ ਰਹਿੰਦਾ ਫਿਰ ਇਹ ਮੈਨੂੰ ਪਸੰਦ ਸੀ ਮੈਂ ਇਹ ਲੈ ਲਈ ਇਹ ਦਵਿੰਦਰ ਵੀਰ ਨੇ ਲਿੱਤਾ ਵਾ ਸਬਜ਼ੀ ਪਾਉਣ ਲਈ 'ਚ ਗਰਮ ਰਹਿੰਦੀ ਆ 9 ਘੰਟੇ ਹੌਟ ਅਤੇ 14 ਘੰਟੇ ਠੰਡੀ ਅਤੇ ਮੈਂ ਲਿੱਤਾ ਸੀਗਾ ਡੋਲਰਾਮਾ ਤੋਂ ਮਤਲਬ ਕਿ ਇੱਦਾਂ ਬਣੂਗਾ ਇਹ ਫਿਰ ਇਹਦੇ 'ਚ ਆਪਾਂ ਕੱਪੜੇ ਰੱਖ ਸਕਦੇ ਹਾਂ ਇਹ ਆਪਾਂ ਬਣਾ ਕੇ ਦਿੰਦੇ ਹਾਂ ਮਤਲਬ ਕਿ ਬਣਾ ਕੇ ਓਪਨ ਕਰਕੇ ਹੋ ਗਿਆ ਅਤੇ ਹੋਰ ਵੀ ਕੁਛ ਲਿੱਤਾ ਸੀ ਹਾਂ ਡੋਲਰਾਮਾ ਤੋਂ ਇਹ ਲਿੱਤੇ ਸੀਗੇ ਹੈਂਗਰਸ ਅਤੇ ਟਿਫਨ ਵਗੈਰਾ ਅਤੇ ਬੋਟਲਸ ਮੈਂ ਲਿੱਤੀਆਂ ਸੀਗੀਆਂ ਕਿੱਥੋਂ ਲਿੱਤੀਆਂ ਸੀ ਆਦਿ ਹਾਂ ਕੈਨੇਡੀਅਨ ਟਾਇਰ ਅਤੇ ਉੱਥੋਂ ਲਿੱਤੇ ਹੈਂਗਰ ਡੋਲਰਾਮਾ ਤੋਂ ਇਹ $2 ਦੇ 10 ਨੇ ਅਤੇ ਇਹ ਵੀ ਲਿੱਤਾ ਇਹਦੇ 'ਚ ਮੈਂ ਮੇਕਅਪ ਦਾ ਉਹ ਕਰੂੰਗੀ ਸਮਾਨ ਸੈੱਟ ਇਸੇ ਅਤੇ ਇੱਕ ਹੋਰ ਹੈਂਗਰ ਲਿੱਤਾ ਸੀਗਾ ਮੈਨੂੰ ਲੱਗਦਾ ਵੀਰੇ ਨੇ ਲਾ ਤਾ ਬਸ ਇਹ ਚੀਜ਼ਾਂ ਆਪਾਂ ਲਿੱਤੀਆਂ ਸੀਗੀਆਂ ਅੱਜ ਇਹਨਾਂ ਦਾ ਬਣਿਆ ਸੀਗਾ 1, 2, 3, 4, 5, 6 ਆਈਟਮਸ ਦਾ ਬਣਿਆ ਸੀਗਾ 1
ਪਤਾ ਨਹੀਂ 1 ਪਤਾ ਨਹੀਂ ਕਿੰਨਾ ਬਣਿਆ ਸੀ 121 129 ਮਤਲਬ ਕਿ ਇੰਡੀਆ ਦੇ ਹਿਸਾਬ ਨਾਲ ਇਹ ਸਾਰਾ ਸਮਾਨ ਜਿਵੇਂ ਕਿ 6,500 ਦਾ ਆਇਆ ਸਿਰਫ ਇੰਨਾ ਕੁ ਸਮਾਨ ਟੂ ਮੱਚ ਹੈ ਨਾ ਬਟ ਇੱਥੇ ਪਤਾ ਨਹੀਂ ਹੈਗਾ ਜ਼ਿਆਦਾ ਕਿ ਨਹੀਂ ਆਈ ਡੋਂਟ ਨੋ ਕਿ ਜ਼ਿਆਦਾ ਹੀ ਆ ਬਿਕੋਜ਼ ਇੱਕ ਘੰਟੇ ਦਾ ਤੁਹਾਨੂੰ ਮਿਲਦਾ ਹੈ 16 ਕਿੰਨੇ ਡਾਲਰ ਮਿਲਦੇ ਇੱਕ ਘੰਟੇ ਦੇ ਅਤੇ ਕਿੰਨੀ ਮਿਹਨਤ ਹੈ ਓਪਨ ਕਰਕੇ ਕੁਛ ਐਵੇਂ ਦਾ ਲੱਗ ਰਿਹਾ ਸੋਹਣਾ ਵੈਸੇ ਕਿਊਟ ਹੈ ਸੋਹਣੀ ਚੀਜ਼ ਆ ਇਹਦੇ 'ਚ ਹੁਣ ਮੈਂ ਆਪਣੇ ਥੋੜ੍ਹੇ ਬਹੁਤੇ ਕੱਪੜੇ ਰੱਖਾਂਗੀ